ਸ਼ਾਲ ਮਾਰ ਕੇ ਘੋੜੇ ਤੇ ਚੜ ਜਾਣਾ ਖੇਡਾਂ ਸ਼িকার ਵੀ ਸ਼ੌਂਕੀ ਹਾਂ ਤਿੱਤਰਾਂ ਦਾ ਚਿੱਟੀ ਦਾੜੀ ਦਾ ਵੇਖ ਕੇ ਘੂਰ ਵੀ ਬਾਹਰ ਅੰਗਲਾ ਦਿਲ ਹੈ ਹਜੇ ਵੀ ਮਿੱਤਰਾਂ ਦਾ ਓ ਹੋ 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 ਕੀ ਬਾਤ ਲਓ ਵੀ ਪਿਆਰੇ ਸੱਜਣੋ ਆਪਾਂ ਰੰਗਲੇ ਦਿਲ ਵਾਲੇ ਇਨਸਾਨ ਦੇ ਘਰੇ ਪਹੁੰਚ ਗਏ ਆ ਮਤਲਬ ਚਾਚੇ 79 ਸਿਓ ਘਲ ਖੋਰਦਾਲੇ ਦੇ ਪਹੁੰਚ ਗਏ ਆ ਇਹਨਾਂ ਕੋਲੇ ਘੋੜਾ ਹੈ ਚੇਤਕ ਚੇਤਕ ਘੋੜਾ ਚਾਚੇ ਦੇ ਘਰ ਜਾਮਾ ਇਹ ਘੋੜਾ ਇਹਨਾਂ ਕੋਲੇ ਕਿਵੇਂ ਪਹੁੰਚਿਆ ਇਹਦੇ ਪਿੱਛੇ ਵੀ ਬਹੁਤ ਵੱਡੀ ਕਹਾਣੀ ਆ ਪਰ ਅਗਲੀ ਕਹਾਣੀ ਪਹਿਲਾਂ ਸੁਣ ਲਓ ਕਿ ਇਹ ਘੋੜਾ ਇਸ ਤਰ੍ਹਾਂ ਦੇ ਬੱਚੇ ਪੈਦਾ ਕਰ ਰਿਹਾ ਇਹ ਘੋੜੀ ਚਾਚੇ ਦੇ ਘਰੇ ਮਿਲਣ ਆਈ ਹੋਈ ਸੀ ਤੇ ਮੈਂ ਵੇਖਿਆ ਕਿ ਪੰਜ ਕਲਿਆਣੀ ਬਹੁਤ ਹੀ ਪਿਆਰੀ ਮਾਰਕਿੰਗ ਦੀ ਘੋੜੀ ਹੈ ਤੇ ਮਗਰ ਬੇਦਾਗ ਬਸ਼ੇਰੀ ਫਿਰਦੀ ਹੈ ਮੈਂ ਕਿਹਾ ਚਾਚਾ ਬਾਹਰ ਕੱਢ ਸਾਰੇ ਨਾਲੋਂ ਪਹਿਲਾ ਵੀਡੀਓ ਇਹਦੀ ਬਣਾਉਣੀ ਆ ਤੇ ਆ ਘੋੜਾ ਵੀ ਚਾਚੇ ਨਛੱਤਰ ਸਿੰਘ ਦਾ ਚੇਤਕ ਜਿਹਦੇ ਬੱਚੇ ਚੈਂਪੀਅਨ ਬਣੇ ਆ ਖੁਦ ਵੀ ਦੋ ਵਾਰ ਚੈਂਪੀਅਨ ਬਣਿਆ ਤੇ ਇਸ ਵਕਤ ਇਹਦੀ ਗੱਦੀ ਹੈ ਜਿਹੜੀ ਚੈਂਪੀਅਨਸ਼ਿਪਾਂ ਦੇ ਵਿੱਚ ਉਹ ਬੱਚੇ ਲੈ ਚੁੱਕੇ ਆ ਤੇ ਸਭ ਤੋਂ ਵੱਡੀ ਗੱਲ ਹੁਣ ਮੇਰੇ ਕਹਿਣ ਵਾਲੀ ਤਾਂ ਰਹਿ ਨਹੀਂ ਗਈ ਕਿ ਰੰਗਲੇ ਦਿਲ ਦਾ ਇਨਸਾਨ ਆ ਚਾਚਾ ਨਛੱਤਰ ਸਿਉਂ ਕੱਲ ਖੁਰਦ ਆਲ ਕੱਲ ਖੁਰਦ ਮੈਂ ਕਿਉਂ ਕਹਿ ਰਿਹਾ ਤੁਹਾਨੂੰ ਇਹਦੇ ਪਿੱਛੇ ਵੀ ਗੱਲ ਦੱਸਦਾ ਅਸੀਂ ਤਾਂ ਭਰਾਵੋ ਜਦੋਂ ਗੱਡੀ ਚੱਕ ਕੇ ਤੁਰੇ ਤੇ ਅਸੀਂ ਤਾਂ ਕੱਲ ਕਲਾਂ ਪਹੁੰਚ ਗਏ ਜਿਹੜਾ ਜਮਾ ਮੋਗੇ ਦੇ ਨਾਲ ਆ ਫੇਰ ਪਤਾ ਲੱਗਿਆ ਸੀ ਉੱਥੇ ਪੁੱਛਿਆ ਕਿ ਚਾਚੇ ਨਛੱਤਰ ਸਿਉਂ ਦੇ ਘਰੇ ਜਾਣਾ ਜਿਹਦੇ ਕੋਲ ਚੇਤਕ ਕੋੜਾ ਤਾਂ ਉੱਥੇ ਸਾਥ ਚ ਬੰਦੇ ਕਹਿੰਦੇ ਭਾਈ ਉਹ ਕੱਲ ਖੁਰਦ ਪਿੰਡ ਆ ਜਿਹਦਾ ਤੂੰ ਨਾ ਪੁੱਛਦਾ ਉਹ ਇਤੋਂ 30 32 ਕਿਲੋਮੀਟਰ ਗਾਂਹਾਂ ਕਮਾਲ ਦੀ ਗੱਲ ਇਹ ਸੀ ਕਿ 30 32 ਕਿਲੋਮੀਟਰ ਪਿਛਲਾ ਜਿਹੜਾ ਪਿੰਡ ਆ ਉੱਥੋਂ ਦੇ ਲੋਕ ਚਾਚੇ ਨੂੰ ਘੋੜੇ ਦਾ ਕਰਕੇ ਜਾਣਦੇ ਸੀ ਪਰ ਦੂਜੀ ਗੱਲ ਮੈਂ ਦੱਸਦਾ ਬਹੁਤ ਇੰਟਰਸਟਿੰਗ ਉਹ ਇਹ ਸੀ ਕਿ ਚਾਚਾ ਨਛੱਤਰ ਸਿੰਘ ਹੁਣਾ ਦਾ ਜਿਹੜਾ ਘੋੜਿਆਂ ਦਾ ਸਫ਼ਰ ਆ ਉਹ ਟਾਂਗੇ ਤੋਂ ਸ਼ੁਰੂ ਹੋਇਆ ਇਹਨਾਂ ਦੇ ਬਾਪੂ ਨੇ ਘਰ ਦਾ ਬਸਰ ਗੁਜ਼ਰ ਚਲਾਉਣ ਵਾਸਤੇ ਟਾਂਗਾ ਵਾਇਆ ਆਪਾਂ ਇਹ ਕਹਿ ਸਕਦੇ ਹਾਂ ਕਿ ਚਾਚੇ ਵਰਗੇ ਘੋੜਿਆਂ ਨੇ ਪਾਲੇ ਆ ਇਹ 'ਚ ਫਿਰ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਘੋੜਿਆਂ ਨਾਲ ਮੁਹੱਬਤ ਵੀ ਫਿਰ ਆਮ ਬੰਦੇ ਨਾਲੋਂ ਜ਼ਿਆਦਾ ਵੱਧ ਜਾਂਦੀ ਹੈ ਜਦੋਂ ਬੰਦਾ ਪਲਿਆ ਹੋਵੇ ਬਾਪੂ ਹੁਣਾਂ ਨੇ ਟਾਂਗਾ ਵੀ ਵਾਇਆ ਤੇ ਬਾਪੂ ਹੁਣਾਂ ਨੇ ਘੋੜਿਆਂ ਦੀ ਬੈਦਗੀ ਵੀ ਕੀਤੀ ਫਿਰ ਇਸੇ ਕਰਕੇ ਚਾਚੇ ਨੂੰ ਸਾਰੇ ਗੁਣ ਹੀ ਦੇਗੇ ਘੋੜੇ ਵਾਉਣ ਵਾਲੇ ਗੁਣ ਵੀ ਦੇਗੇ ਤੇ ਘੋੜਿਆਂ ਦੀ ਵੈਦਗੀ ਵਾਲੇ ਗੁਣ ਵੀ ਕੁਛ ਚਾਚੇ ਕੋਲੇ ਹੈਗੇ ਆ ਫੋਨ ਕਰ ਲਿਓ ਤੁਸੀਂ ਜੇ ਘੋੜੀ ਮੇਟ ਕਰਾਉਣੀ ਹੋਈ ਉਹ ਤਾਂ ਗੱਲ ਅਲੱਗਾ ਜੇ ਕੋਈ ਵੈਦਗੀ ਦਾ ਨੁਕਸਾ ਵੀ ਪੁੱਛਣਾ ਹੋਇਆ ਨਾ ਘੋੜਿਆਂ ਵਾਲੀ ਵਾਲਾ ਕਈ ਵਾਰੀ ਕੋਈ ਓੜ-ਪੋੜ ਪੁੱਛਣਾ ਹੁੰਦਾ ਤੇ ਉਹ ਬੰਦਾ ਪੁੱਛ ਲੈਂਦਾ ਆ ਨਾ ਜਿਹੜਾ ਕੁੱਤਾ ਨਾਲ ਭੱਜਿਆ ਆਉਂਦਾ ਯਾਰ ਘੋੜੇ ਦੇ ਇਹਦੀ ਏਰ ਕੋੜੇ ਦੇ ਨਾਲ ਬਹੁਤ ਜਾਰੀ ਆ ਚਾਚੇ ਹੁਣੀ ਘੋੜੇ ਦੇ ਉੱਤੇ ਬਹੁਤ ਰਾਈਡਿੰਗ ਕਰਦੇ ਆ 25 ਕਿਲੋਮੀਟਰ ਫਰੀਦਕੋਟ ਪੈਂਦਾ ਇਹਨਾਂ ਨੂੰ ਤੇ ਬਹੁਤ ਵਾਰ ਸਿਆਲਾਂ ਚ ਚਾਚਾ ਕਹਿੰਦਾ ਮੈਂ ਫਰੀਦਕੋਟ ਚਲਿਆ ਜਾਣਾ 50 ਕਿਲੋਮੀਟਰ ਅਪ ਡਾਊਨ ਹੋ ਜਾਂਦਾ ਤੇ ਆ ਕੁੱਤਾ ਹਮੇਸ਼ਾ ਘੋੜੇ ਦੇ ਨਾਲ ਹੀ ਹੁੰਦਾ ਇਹ ਸਭ ਤੋਂ ਪਿਆਰੀ ਗੱਲ ਮੈਨੂੰ ਇਸ ਕੁੱਤੇ ਦੀ ਲੱਗੀ ਬਾਕੀ ਆ ਚੇਤਕ ਘੋੜਾ ਇਹ ਭਾਗਸਰ ਵਾਲੇ ਘੋੜੇ ਦਾ ਪੁੱਤ ਆ। ਅਬੋਰ ਲਾਈਨ ਦਾ ਘੋੜਾ ਹੈ। ਕਦ ਕਾਠੀ ਹੁਣ ਜੇ ਮੈਂ ਕਹਾਂ ਤੇ ਤੁਹਾਨੂੰ ਉਹ ਗੱਲ ਵੀ ਜਿਹੜੀ ਸਾਹਮਣੇ ਹੋਵੇ ਉਹ ਚ ਕਹਿਣ ਚ ਕੁਝ ਨਹੀਂ ਰਹਿ ਜਾਂਦਾ। ਆ ਤੁਹਾਡੇ ਸਾਹਮਣੇ ਆ ਪੂਰਾ ਨੌਜਵਾਨ ਬੈਠਾ ਹੈ ਉੱਤੇ। ਮੈਂ ਵੀ ਬੈਠਾ ਸੀ, ਚਾਚਾ ਨਛੱਤਰ ਸਿੰਘ ਵੀ ਬੈਠਾ ਸੀ ਤੇ ਆ ਘੋੜਾ ਤੁਹਾਡੇ ਸਾਹਮਣੇ ਤੁਰਿਆ ਵੀ ਆਉਂਦਾ ਹੈ। ਆ ਚਾਚੇ ਦੇ ਦੋਨੇ ਬੇਟੇ ਆ। ਇੱਕ ਬੇਟਾ ਗੁਰਸਿੱਖ ਖਿਆਲਾਂ ਦਾ ਤੇ ਦੂਸਰਾ ਮੁੰਡਾ ਪਲਵਾਨੀ ਕਰਦਾ ਤੇ ਨਾਲ ਦੀ ਨਾਲ ਫਿਰ ਚਾਚੇ ਦੇ ਨਾਲ ਘੋੜੇ ਸੰਭਾਉਂਦੇ ਆ ਤੇ ਸਭ ਤੋਂ ਵੱਡੀ ਗੱਲ ਜਿਹੜੀ ਸਭ ਤੋਂ ਪਿਆਰੀ ਗੱਲ ਆ ਕਿ ਆਪਣੇ ਘੋੜੇ ਆਪ ਸੰਭਦੇ ਆ ਚਾਚੇ ਵਰਗੇ ਵੀ ਉਹਨਾਂ ਨੂੰ ਐਂ ਲੱਗਦਾ ਕਿ ਮੈਂ ਨੌਕਰ ਤੇ ਵਿਸ਼ਵਾਸ ਨਹੀਂ ਕਰ ਸਕਦਾ ਘੋੜਾ ਸੰਭਣ ਲਈ ਕਿਉਂਕਿ ਮੈਂ ਚਾਚੇ ਨੂੰ ਪੁੱਛਿਆ ਇੰਟਰਵਿਊ ਆ ਇੰਟਰਵਿਊ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਰਨੀਆਂ ਆਪਾਂ ਬੈਦਗੀ ਨਾਲ ਸੰਬੰਧਿਤ ਵੀ ਘੋੜਿਆਂ ਨਾਲ ਸੰਬੰਧਿਤ ਨੁਕਤੇ ਵੀ ਪੁੱਛਣਿਆ ਚਾਚੇ ਹੁਣਾ ਤੋਂ ਤੇ ਨਾਲ ਦੀ ਨਾਲ ਮੈਂ ਆ ਵੀ ਪੁੱਛਿਆ ਸੀ ਮੈਂ ਕਿਹਾ ਵੀ ਚਾਚਾ ਫਿਰ ਤੂੰ ਨੌਕਰਾਂ ਤੇ ਯਕੀਨ ਕਿਉਂ ਨਹੀਂ ਕਰਦਾ ਉਹ ਕਹਿੰਦਾ ਪੁੱਤ ਜਿਹੜੇ ਘੋੜੇ ਹੁੰਦੇ ਆ ਨਾ ਇਹ ਧੀ ਪੁੱਤੀ ਹੁੰਦੇ ਆ ਬੰਦੇ ਦਾ ਵੀ ਆਪਾਂ ਜਿਵੇਂ ਧੀ ਪੁੱਤ ਤਾਂ ਬੰਦੇ ਨੂੰ ਆਪ ਨੂੰ ਹੀ ਪਾਲਣਾ ਪੈਂਦਾ ਹੁੰਦਾ ਵੀ ਆਪਾਂ ਆਪਦੇ ਧੀ ਪੁੱਤ ਥੋੜੋਂ ਕਿਸੇ ਤੋਂ ਪਲਾ ਸਕਦੇ ਹੁੰਨੇ ਆ ਵੀ ਆਏ ਆ ਘੋੜੇ ਵੀ ਬੰਦੇ ਦਾ ਧੀ ਪੋਤੀ ਹੁੰਦੇ ਆ ਉਹ ਆਂਦਾ ਵੀ ਇਸ ਕਰਕੇ ਮੈਂ ਤਾਂ ਇਹਨਾਂ ਨੂੰ ਆਪ ਹੀ ਸਾਂਭਣਾ ਆਪ ਹੀ ਇਹਨਾਂ ਤੇ ਖਰਖਰਾ ਮਾਰਨਾ ਜਾਂ ਆਪ ਹੀ ਇਹਨਾਂ ਨੂੰ ਪੱਠਾ ਦੱਥਾ ਪਾਉਣਾ ਪਸੰਦ ਕਰਦਾ ਠੀਕ ਆ ਕਿਸੇ ਦੀ ਮਜਬੂਰੀ ਹੋ ਸਕਦੀ ਹੈ ਕਿ ਉਹਨੂੰ ਨੌਕਰ ਵੀ ਰੱਖਣਾ ਪੈ ਸਕਦਾ ਕਈ ਵਾਰੀ ਨੌਕਰ ਜਾਂ ਜਿਹੜੇ ਕੰਮ ਕਰਨ ਵਾਲੇ ਮੁੰਡੇ ਆ ਬਹੁਤ ਵਿਸ਼ਵਾਸ ਕਰਨਯੋਗ ਆ بڑے ਫਾਰਮਾਂ ਤੇ ਜਾਈਦਾ ਬੜੇ ਵਿਸ਼ਵਾਸ ਕਰਨਯੋਗ ਬੰਦੇ ਹੁੰਦੇ ਆ ਉਹਨਾਂ ਕੋਲੇ ਉਹ ਵਿਸ਼ਵਾਸ ਕਰ ਸਕਦੇ ਹੁੰਦੇ ਆ ਕਿਉਂਕਿ ਕਈ ਬੰਦਿਆਂ ਦੇ ਜਿਹੜੇ ਨੌਕਰ ਆ ਉਹ ਹੀ ਧੀ ਪੁੱਤ ਬਣ ਜਾਂਦੇ ਆ ਆ ਚਾਚੇ ਹੁਣਾਂ ਦੇ ਘਰੇ ਬਸ਼ੇਰਾ ਜਿਹੜੇ ਘੋੜਿਆਂ ਦੇ ਦੰਦਾਂ ਬਾਰੇ ਜਾਣਕਾਰੀ ਰੱਖਦੇ ਆ ਉਹਨਾਂ ਨੂੰ ਮੈਂ ਦੱਸ ਦਿਆਂ ਕਿ ਆ ਬਸ਼ੇਰਾ ਹਜੇ ਇਹਨੇ ਸ਼ਿਗੜੀ ਨਹੀਂ ਪੱਟੀ ਇਹ ਬਸ਼ੇਰੇ ਨੇ ਤੁਸੀਂ ਆਪ ਹਿਸਾਬ ਲਾ ਲਓ ਵੀ ਹਜੇ ਇਹ ਝੌਕੜੀ ਆ ਇਹਦੀ ਵੀ ਆਪਾਂ ਇਹ ਕਹਿ ਸਕਦੇ ਆ ਵੀ 8 ਮਹੀਨਿਆਂ ਦਾ ਹਜੇ ਇਹਨੇ ਹੋਣਾ ਹੈ ਇਹ ਇਸ ਵਕਤ ਪੂਰਾ 58 ਇੰਚ ਕੱਦ ਕਰ ਗਿਆ ਇਹ ਮੈਂ ਨਾਲ ਲਾ ਕੇ ਦੇਖਿਆ ਸੀ ਜੁਗਨੀ ਵਰਗਾ ਤੇ ਆ ਆ ਰਹੀ ਆ ਭਾਈ ਉਹ ਮਾਰਵਾੜੀ ਘੂੜੀ ਦੇ ਮਗਰਲੇ ਪਾਸੇ ਬੇਦਾਗ ਬਸ਼ੇਰੀ ਜਿਹੜੀ ਕੱਲਾਂ ਵਾਲੇ ਚੇਤਕ ਘੋੜੇ ਦੀ ਆ ਆਪਾਂ ਤੁਹਾਨੂੰ ਹੋਰ ਵੀ ਗੱਲ ਆ ਨਾਲ ਦੀ ਨਾਲ ਮਗਰਲੇ ਪਾਸੇ ਘੋੜੇ ਦੇ ਬਸ਼ੇਰਿਆਂ ਦੇ ਸਾਰੇ ਫੋਟੋ ਫਟ ਕਰਤੇ ਆ ਪੂਰੀ ਤਸੱਲੀ ਦੇ ਨਾਲ ਤੁਸੀਂ ਫੋਟੋ ਦੇਖਣੇ ਆ ਆ ਸਾਰੇ ਫੋਟੋ ਹੁਣ ਲਗਾਤਾਰ ਬੱਚਿਆਂ ਦੇ ਆਉਣਗੇ ਤੇ ਨਾਲ ਦੀ ਨਾਲ ਤੁਸੀਂ ਚਾਚੇ ਨੂੰ ਫੋਨ ਕਰ ਲੈਣਾ ਜੇ ਕੋਈ ਨੁਕਤਾ ਪੁੱਛਣਾ ਹੋਇਆ ਤਾਂ ਵੀ ਫੋਨ ਕਰ ਲਿਓ ਜੇ ਘੋੜੀ ਮੇਟ ਕਰਾਉਣੀ ਹੋਈ ਤਾਂ ਵੀ ਫੋਨ ਕਰ ਲਿਓ ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਇਹ ਘੋੜਾ ਇਹੋ ਜਿਹਾ ਘੋੜਾ ਏ ਮਾਰਕੀਟ ਦੇ ਵਿੱਚ ਜਿਹਨੂੰ ਪ੍ਰੋਮੋਸ਼ਨ ਦੀ ਲੋੜ ਨਹੀਂ ਵੀ ਆਪਾਂ ਇਹ ਕਹਿ ਸਕਦੇ ਆ ਕਿ ਇਹ ਘੋੜਾ ਇੱਕ ਇਹੋ ਜਿਹਾ ਘੋੜਾ ਜਿਹਨੂੰ ਸਿਰਫ ਦਿਖਾਉਣ ਦੀ ਲੋੜ ਸੀ ਲੋਕਾਂ ਦੀ ਮੰਗ ਜ਼ਿਆਦਾ ਸੀ ਕਿ ਭਾਈ ਕੱਲਾਂ ਵਾਲਾ ਚੇਤਕ ਘੋੜਾ ਦਿਖਾਓ ਅਸਲ ਦੇ ਵਿੱਚ ਉਹਨੂੰ ਪ੍ਰੋਮੋਸ਼ਨ ਦੀ ਲੋੜ ਨਹੀਂ ਮਤਲਬ ਇੰਨੇ ਵਧੀਆ ਬੱਚੇ ਵੀ ਆ ਰਹੇ ਆ ਤੇ ਇੰਨੀ ਜ਼ਿਆਦਾ ਘੋੜੀ ਵੀ ਪੈ ਰਹੀ ਆ ਇਸ ਘੋੜੇ ਨੂੰ ਆ ਤੁਸੀਂ ਸਾਰੇ ਬੱਚੇ ਦੇਖ ਲਿਓ ਤਸੱਲੀ ਦੇ ਨਾਲ ਜੇ ਤੁਸੀਂ ਫੋਨ ਕਰਨਾ ਹੋਇਆ ਤੇ ਤੁਸੀਂ ਚਾਚੇ ਨੂੰ ਫੋਨ ਵੀ ਕਰ ਲਓ ਆ ਵਿੱਚੇ ਹੀ ਚੰਬੀਆਂ ਘੋੜੀਆਂ ਦੇ ਬੱਚੇ ਵੀ ਆ ਵਿੱਚੇ ਹੀ ਨੁਕਰੀਆਂ ਘੋੜੀਆਂ ਦੇ ਬੱਚੇ ਵੀ ਆ ਸਾਰੇ ਤਰ੍ਹਾਂ ਦੇ ਬੱਚੇ ਆ ਤੇ ਚਾਚੇ ਨੂੰ ਫੋਨ ਕਰ ਲਿਓ ਜਿਉਂਦੇ ਵਸਦੇ ਰਹੋ ਬਹੁਤ ਬਹੁਤ ਧੰਨਵਾਦ ਜੇ ਤੁਹਾਨੂੰ ਲੱਗੇ ਵੀ ਹਾਂ ਯਾਰ ਚਾਚੇ ਹੁਣਾਂ ਨੇ ਟਾਂਗੇ ਤੋਂ ਲੈ ਕੇ ਤੇ ਅੱਜ ਬਰੀਡਿੰਗ ਤੱਕ ਦਾ ਬਹੁਤ ਹੀ ਟੌਪ ਦਾ ਸਫ਼ਰ ਕੀਤਾ ਤਾਂ ਫਿਰ ਤੁਸੀਂ ਸ਼ੇਅਰ ਮਾਰ ਦਿਓ ਇਹੋ ਜੇ ਬੰਦੇ ਨੂੰ ਹੌਸਲਾ ਦੇਣਾ ਇਹੋ ਜੇ ਬੰਦੇ ਨੂੰ ਮਤਲਬ ਐਪਰੀਸ਼ੀਏਟ ਕਰਨਾ ਆਪਣਾ ਫਰਜ਼ ਆ ਜਿਹੜੇ ਬੰਦਿਆਂ ਨੇ ਕੋਈ ਆਪਣੀ ਜ਼ਿੰਦਗੀ ਜ਼ਿੰਦਗੀ ਦੇ ਵਿੱਚ ਮਾਰਕਾ ਮਾਰਿਆ ਹੋਵੇ ਜਿਨ੍ਹਾਂ ਨੇ ਆਪਾਂ ਇਹ ਕਹਿ ਸਕਦੇ ਹਾਂ ਕਿ ਪਿਓ ਦੀ ਦਿੱਤੀ ਚੀਜ਼ ਨੂੰ ਵਧਾਇਆ ਹੋਵੇ ਨਾ ਉਹ ਬੰਦੇ ਹੁੰਦੇ ਆ ਸਮਾਜ ਲਈ ਸੇਧ ਵਾਲੇ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਦੇਖ ਕੇ ਕਿਸੇ ਦੇ ਜਵਾਕ ਨੂੰ ਅਕਲ ਆਊਗੀ ਕਿ ਹਾਂ ਯਾਰ ਜੋ ਮੈਨੂੰ ਮੇਰਾ ਪਿਓ ਦੇ ਕੇ ਚੱਲਿਆ ਮੈਂ ਵੀ ਉਦੋਂ ਅੱਗੇ ਵਧ ਕੇ ਲੋਕਾਂ ਤੋਂ ਸੋਭਾ ਖੱਟਣੀ ਆ ਇਹ ਅਗਲੇ ਦਾ ਜਵਾਕ ਤਾਂ ਹੀ ਸੋਚੂ ਜੇ ਆਪਾਂ ਉਸ ਬੰਦੇ ਨੂੰ ਸੋਭਾ ਦੇਵਾਂਗੇ ਤਾਂ ਇਸ ਕਰਕੇ ਇਸ ਬੰਦੇ ਦੀ ਇਸ ਇਨਸਾਨ ਦੀ ਸੋਭਾ ਤੇ ਇੱਜ਼ਤ ਬਣਦੀ ਆ ਬਾਕੀ ਗੱਲ ਰਹੀ ਘੋੜੇ ਦੀ ਮਾਲਕ ਦੀ ਕਿਰਪਾ ਦਾਤੇ ਦੀ ਦਇਆ ਜਿਨ੍ਹਾਂ ਦੀਆਂ ਨੀਤਾਂ ਸਿੱਧੀਆਂ ਹੁੰਦੀਆਂ ਦਾਤਾ ਉਹਨਾਂ ਨੂੰ ਮਰਾਦਾਂ ਜ਼ਰੂਰ ਬਖਸ਼ਦਾ ਮਾਲਕ ਦੀ ਕਿਰਪਾ ਨਾਲ ਬਹੁਤ ਸੋਹਣਾ ਘੋੜਾ ਬਖਸ਼ਿਆ ਦਾਤੇ ਨੇ ਚਾਚੇ ਦੇ ਚਾਹਣ ਵਾਲਿਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸੱਜਣੋ ਵੀਡੀਓ ਬਣ ਗਈ ਟੌਪ ਦੀ ਹੁਣ ਚਾਚੇ ਦੇ ਚਾਹਣ ਵਾਲੇ ਹਾਜ਼ਰੀ ਲਵਾਓ ਕਮੈਂਟ ਬਾਕਸ ਦੇ ਵਿੱਚ ਤੇ ਨਾਲ ਦੀ ਨਾਲ ਵੀਡੀਓ ਕਰ ਦਿਓ ਸ਼ੇਅਰ ਜਿਉਂਦੇ ਬਸਦੇ ਰਹੋ ਬਹੁਤ ਬਹੁਤ ਧੰਨਵਾਦ ਪਹਿਲਾਂ ਮੇਰਾ ਰਾਦਾਂ ਨਹੀਂ ਸੀ ਵੀ ਸਾਰੇ ਬੱਚਿਆਂ ਦੀਆਂ ਫੋਟੋ ਦੇ ਢੇਠ ਬੋਲਾਂ ਪਰ ਮੇਰੀਆਂ ਗੱਲਾਂ ਨਹੀਂ ਮੁੱਕੀਆਂ ਹੁਣ ਸ਼ੇਅਰ ਮਾਰ ਦਿਓ ਦੱਬ ਕੇ ਜਿਉਂਦੇ ਬਸਦੇ ਰਹੋ ਬਹੁਤ ਬਹੁਤ ਧੰਨਵਾਦ